ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਦਾ ਆਗਮਨ ਪੁਰਬ ਵੈਸੇ ਤਾਂ ਹਰ ਸਾਲ ਹੀ ਭਾਵਨਾ ਅਤੇ ਬੜੇ ਪਿਆਰ ਨਾਲ ਮਨਾਇਆ ਜਾਂਦਾ ਹੈ, ਪਰ ਇਸ ਸਾਲ ਵਿਸ਼ੇਸ਼ ਇਸ ਕਰਕੇ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਆਗਮਨ ਨੂੰ 550 ਸਾਲ ਹੋ ਜਾਣੇ ਨੇ। ਇਸ ਕਰਕੇ ਇਸ ਗੁਰਪੁਰਬ ਨੂੰ ਸੰਗਤ ਨੇ ਵਿਸ਼ੇਸ਼ਤਾ ਦਿੱਤੀ। ਇਸ ਖੁਸ਼ੀ ਦੇ ਮੌਕੇ 'ਤੇ ਅੱਜ ਅਸੀਂ ਚੱਲੇ ਹਾਂ ਪਾਕਿਸਤਾਨ, ਗੁਰੂ ਨਾਨਕ ਦੇਵ ਜੀ ਦੇ ਚਰਨ ਛੂ ਅਸਥਾਨ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ। ਵਾਹਿਗੁਰੂ ਦੀ ਬੜੀ ਮਿਹਰ ਹੋਈ ਹੈ ਕਿ ਅੱਜ ਅਸੀਂ ਪਾਕਿਸਤਾਨ ਜਾ ਰਹੇ ਹਾਂ। ਸਾਡੀ ਯਾਤਰਾ ਸ਼ੁਰੂ ਹੋ ਰਹੀ ਹੈ ਕਰਤਾਰਪੁਰ ਸਾਹਿਬ ਕੋਰੀਡੋਰ ਡੇਰਾ ਬਾਬਾ ਨਾਨਕ ਤੋਂ, ਜੋ ਕਿ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਤਿਆਰ ਕੀਤਾ ਗਿਆ ਹੈ। ਇਸ ਕੋਰੀਡੋਰ ਤੋਂ ਸਾਡੀ ਐਂਟਰੀ ਹੋ ਰਹੀ ਹੈ। ਕਰਤਾਰਪੁਰ ਦਾ ਲਾਂਘਾ ਖੁੱਲ੍ਹਣ ਦਾ ਸਾਡੇ ਦਿਲਾਂ ਵਿੱਚ ਬਹੁਤ ਚਾਅ ਹੈ। ਸਾਡੇ ਕੋਲ ਪਾਸਪੋਰਟ ਅਤੇ ETA ਫੋਰਮ ਹੈ। ETA ਫੋਰਮ ਉਹ ਫੋਰਮ ਹੈ ਜਿਹੜਾ ਸਾਨੂੰ ਯਾਤਰਾ ਕਨਫਰਮ ਹੋਣ 'ਤੇ ਮਿਲਿਆ ਹੈ। ETA ਫੋਰਮ ਨੂੰ ਨਾਲ ਲੈ ਕੇ ਜਾਣਾ ਬਹੁਤ ਹੀ ਜ਼ਰੂਰੀ ਹੈ। ਪਾਸਪੋਰਟ ਸਿਰਫ ਆਇਡੈਂਟੀ ਪਰੂਫ ਲਈ ਚਾਹੀਦਾ ਹੈ, ਇਸ ਉੱਤੇ ਕੋਈ ਮੋਹਰ ਜਾਂ ਸਟੈਂਪ ਨਹੀਂ ਲੱਗਦੀ। ਇਸ ਤੋਂ ਬਾਅਦ ਕਰਤਾਰਪੁਰ ਟਰਮੀਨਲ 'ਤੇ ਸਿਕਿਉਰਿਟੀ ਚੈੱਕ ਹੋਣ ਤੋਂ ਬਾਅਦ ਅਸੀਂ ਐਂਟਰ ਕਰਨ ਜਾ ਰਹੇ ਹਾਂ ਪਾਕਿਸਤਾਨ ਦੀ ਧਰਤੀ 'ਤੇ। ਇੱਥੇ 0 ਲਾਈਨ 'ਤੇ ਦੋਨਾਂ ਦੇਸ਼ਾਂ ਦੇ ਗੇਟ ਬਣੇ ਹੋਏ ਹਨ। ਇੱਥੇ ਪੰਜਾਬ ਰੇਂਜਰਸ ਵੱਲੋਂ ਮਾਈਨਰ ਸਿਕਿਉਰਿਟੀ ਚੈਕਿੰਗ ਹੋਣ ਤੋਂ ਬਾਅਦ ਅਸੀਂ ਪਾਕਿਸਤਾਨ ਦੀ ਧਰਤੀ 'ਤੇ ਕਦਮ ਰੱਖ ਰਹੇ ਹਾਂ। ਇੱਥੇ ਪੰਜਾਬ ਰੇਂਜਰਸ ਵੱਲੋਂ ਸਾਡਾ ਬਹੁਤ ਹੀ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਸਾਡੇ ਕੁਝ ਸਾਥੀ ਉਹਨਾਂ ਨਾਲ ਫੋਟੋਆਂ ਵੀ ਖਿਚਵਾ ਰਹੇ ਹਨ। ਆਓ ਇਸ ਤੋਂ ਅੱਗੇ ਚੱਲਦੇ ਹਾਂ, ਜਿੱਥੇ ਈ ਰਿਕਸ਼ਾ ਰਾਹੀਂ ਅਸੀਂ ਪਾਕਿਸਤਾਨ ਐਮਬੈਸੀ ਤੱਕ ਦਾ ਸਫ਼ਰ ਕਰਾਂਗੇ। ਇਸ ਯਾਤਰਾ ਦੇ ਦੌਰਾਨ ਤੁਹਾਨੂੰ ਇੱਕ ਜ਼ਰੂਰੀ ਜਾਣਕਾਰੀ ਦੱਸ ਦਈਏ, ਇੱਥੇ ਤੁਸੀਂ 1740 ਰੁਪਏ ਦੇ ਕੇ $20 ਲੈ ਸਕਦੇ ਹੋ। ਇਹ $20 ਇੱਕ ਸਰਵਿਸ ਚਾਰਜ ਦੇ ਤੌਰ 'ਤੇ ਲਏ ਜਾ ਰਹੇ ਹਨ ਅਤੇ ਜਮ੍ਹਾਂ ਕਰਾਉਣ ਉਪਰੰਤ ਇੱਕ ਟਿਕਟ ਜਾਰੀ ਹੁੰਦੀ ਹੈ। ਇਸ ਟਿਕਟ ਰਾਹੀਂ ਅੰਬੈਸੀ 'ਚ ਐਂਟਰੀ ਹੁੰਦੀ ਹੈ ਅਤੇ ਇਸੇ ਟਿਕਟ 'ਤੇ ਹੀ ਤੁਸੀਂ ਵਾਪਸ ਆ ਸਕਦੇ ਹੋ। ਇਸ ਲਈ ਇਸ ਟਿਕਟ ਨੂੰ ਸੰਭਾਲ ਕੇ ਰੱਖਣਾ ਜ਼ਰੂਰੀ ਹੈ। ਅਤੇ $20 ਤੁਸੀਂ ਇੱਥੋਂ ਭਾਰਤ ਤੋਂ ਵੀ ਲੈ ਕੇ ਜਾ ਸਕਦੇ ਹੋ, ਜੋ ਕਿ ਤੁਹਾਨੂੰ 1450 ਰੁਪਏ ਵਿੱਚ ਮਿਲਣਗੇ। ਐਮਬੈਸੀ ਦੇ ਬਾਹਰ ਨੈਸ਼ਨਲ ਬੈਂਕ ਆਫ ਪਾਕਿਸਤਾਨ ਦੇ ਕਾਊਂਟਰ ਬਣੇ ਹੋਏ ਹਨ, ਜਿੱਥੇ ਕਿ ਸਭ ਯਾਤਰੀ ਕਰੰਸੀ ਚੇਂਜ ਕਰਵਾ ਰਹੇ ਹਨ। ਨੈਸ਼ਨਲ ਬੈਂਕ ਆਫ ਪਾਕਿਸਤਾਨ ਦੇ ਕਰਮਚਾਰੀ ਸਾਨੂੰ ਕੁਝ ਜਾਣਕਾਰੀ ਦੇਣਗੇ। ਸਭ ਸਿੱਖ ਯਾਤਰੀਆਂ ਨੂੰ ਬਹੁਤ ਖੁਸ਼ਾਮਦੀਦ, ਆਓ ਤੇ ਦੇਖੋ ਤੁਹਾਡੇ ਵਾਸਤੇ ਪਾਕਿਸਤਾਨ ਨੇ ਕਿੱਡਾ ਸ਼ਾਨਦਾਰ ਨਜ਼ਾਰਾ। ਇਹ ਸਰ ਥੋੜਾ ਪ੍ਰੋਸੀਜਰ ਦੱਸ ਦਿਓ, ਇਹਦਾ ਕੀ ਹੈਗਾ ਫੀਸ ਦਾ? ਕਰੰਸੀ ਚੇਂਜ ਕਰਵਾਈ ਜਾ ਰਹੀ ਹੈ ਅੱਗੇ ਨੈਸ਼ਨਲ ਬੈਂਕ ਦਾ ਕਾਊਂਟਰ, ਤੁਹਾਨੂੰ ਉੱਥੋਂ ਟਿਕਟ ਮਿਲੇਗਾ $20 ਦਾ।
ਉਹਦੇ ਬਾਅਦ ਫਿਰ ਅੱਗੇ ਇਮੀਗ੍ਰੇਸ਼ਨ ਦਾ ਪ੍ਰੋਸੈਸ ਹੋਏਗਾ। ਠੀਕ ਹੈ ਜੀ, ਬਹੁਤ ਥੋੜੇ ਅਸੀਂ ਤੁਸੀਂ ਇਨਸ਼ਾਅੱਲਾ ਕਲੀਅਰ ਹੋ ਕੇ ਤੁਸੀਂ ਅੱਗੇ ਚਲੇ ਜਾਓ। ਠੀਕ ਹੈ ਜੀ, ਅੱਗੇ ਸਰਵਿਸ ਬੱਸ ਸਰਵਿਸ ਹੈਗੀ ਹੈ ਜੀ? ਬੱਸ ਸਰਵਿਸ ਤੁਹਾਨੂੰ। ਠੀਕ ਹੈ, ਤੇ ਪੈਦਲ ਵੀ ਜਾ ਸਕਦੇ ਨੇ ਜੀ? ਜਾ ਸਕਦੇ ਨੇ, ਤੁਹਾਡੇ ਵਾਸਤੇ ਸਾਰਾ ਇੰਤਜ਼ਾਮ। ਓਕੇ ਜੀ, ਓਕੇ, ਮਿਹਰਬਾਨੀ ਸਰ, ਮਿਹਰਬਾਨੀ ਸਰ, ਬਹੁਤ। ਅੰਬੈਸੀ ਦਾ ਸਾਰਾ ਪ੍ਰੋਸੀਜਰ ਪੂਰਾ ਕਰਕੇ ਅਸੀਂ ਬਾਹਰ ਆ ਚੁੱਕੇ ਹਾਂ। ਜਿਵੇਂ ਕਿ ਤੁਸੀਂ ਸਾਹਮਣੇ ਦੇਖ ਰਹੇ ਹੋ, ਅੰਬੈਸੀ ਤੋਂ ਬਾਹਰ ਬਹੁਤ ਹੀ ਸੋਹਣੀਆਂ ਬੱਸਾਂ ਲੱਗੀਆਂ ਹੋਈਆਂ ਹਨ, ਜੋ ਕਿ ਸਾਨੂੰ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਲੈ ਕੇ ਜਾਣਗੀਆਂ। ਇਸੇ ਬੱਸ 'ਤੇ ਅਸੀਂ ਵੀ ਸਫ਼ਰ ਕਰਨ ਜਾ ਰਹੇ ਹਾਂ। ਇਸ ਸਰਵਿਸ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਕਿਰਾਇਆ ਨਹੀਂ ਲਿਆ ਜਾ ਰਿਹਾ। ਕਰਤਾਰਪੁਰ ਸਾਹਿਬ ਇੱਥੋਂ ਤਕਰੀਬਨ 3.5 ਕਿਲੋਮੀਟਰ ਦੀ ਦੂਰੀ 'ਤੇ ਹੈ। ਆਓ ਅਸੀਂ ਹੁਣ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਬੱਸ ਦੇ ਡਰਾਈਵਰ ਨਾਲ। ਹੋਰ ਸ਼ਾਹ ਜੀ, ਕੀ ਹਾਲ ਚਾਲ ਨੇ? ਮੈਂ ਨਾ ਜੀ, ਆਹ ਤਾਂ ਤੁਸੀਂ ਗੱਲ ਹੀ ਬੜੀ ਤਾਂ ਕਰਦੀ ਹੈ, ਤੇ ਮੈਂ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਇੱਥੇ ਆ ਕੇ, ਤੇ ਸਾਨੂੰ ਏਦਾਂ ਲੱਗ ਰਿਹਾ ਹੈ। ਅਸੀਂ ਖੁਦ ਫਿਰੋਜ਼ਪੁਰ ਤੋਂ ਆਏ ਹੋਏ ਹਾਂ। ਅੱਛਾ, ਫਿਰੋਜ਼ਪੁਰ ਤੋਂ ਤੁਸੀਂ? ਆਪਣੇ ਭਾਈ ਸਾਹਿਬ ਨੇ ਜੋ ਸਰ ਨੂੰ ਲੈ ਕੇ ਜਾ ਰਹੇ ਨੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ, ਅਤੇ ਇਹ ਬੱਸ ਸਰਵਿਸ ਹੈਗੀ ਹੈ ਜੀ ਇੱਥੋਂ। ਬਹੁਤ ਵਧੀਆ ਸਰਵਿਸ ਦਿੱਤੀ ਹੋਈ ਹੈ ਪਾਕਿਸਤਾਨ ਸਰਕਾਰ ਨੇ। ਇਹ ਆਪਣਾ ਰਾਵੀ ਆ ਗਿਆ ਜੀ। ਇਹ ਹੈਗਾ ਜੀ ਰਾਵੀ ਦਰਿਆ। ਭਾਈ ਸਾਹਿਬ ਵੀ ਆਪਣੇ ਇੱਥੋਂ ਬਦਨੀ ਪਿੰਡ ਇਹਨਾਂ ਦਾ ਮੋਗੇ ਦੇ ਲਾਗੇ, ਅਤੇ ਐਂ ਬਹੁਤ ਖੁਸ਼ ਨਜ਼ਰ ਆ ਰਹੇ ਨੇ ਕਿ ਆਪਣੇ ਪੰਜਾਬੀ ਪੰਜਾਬੀ ਭਰਾ ਇਕੱਠੇ ਹੋਏ ਨੇ ਅੱਜ। ਓਕੇ ਜੀ, ਸਤਿ ਸ਼੍ਰੀ ਅਕਾਲ। ਜਿਸ ਤਰ੍ਹਾਂ ਵਿਛੜਿਆਂ ਨੂੰ ਮਿਲੇ ਅਸੀਂ। ਮੈਂ ਨਾ ਜੀ ਬਿਲਕੁਲ ਉਹੀ ਗੱਲ ਹੈ ਤੁਹਾਡੀ। ਚਲੋ ਠੀਕ ਹੈ ਜਨਾਬ, ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ। ਆਖਿਰਕਾਰ ਸਾਡੀਆਂ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਅਤੇ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਦਰਬਾਰ ਸਾਹਿਬ ਦੇ ਮੁੱਖ ਦੁਆਰ ਦਰਸ਼ਨੀ ਡਿਓਰੀ ਦੇ ਸਾਹਮਣੇ। ਬਹੁਤ ਹੀ ਖੂਬਸੂਰਤ ਨਜ਼ਾਰਾ। ਇਸ ਸਥਾਨ 'ਤੇ ਆ ਕੇ ਸਾਡੀ ਰੂਹ ਨੂੰ ਜੋ ਸਕੂਨ ਮਿਲ ਰਿਹਾ ਹੈ ਅਸੀਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ। ਅਸੀਂ ਪਾਕਿਸਤਾਨ ਸਰਕਾਰ ਦਾ, ਖਾਸ ਕਰਕੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਨਵਜੋਤ ਸਿੰਘ ਸਿੱਧੂ ਦਾ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਡੇ ਸਿੱਖ ਭਾਈਚਾਰੇ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਸ੍ਰੀ ਮਹੱਲਾ ਪਹਿਲਾ।
ਗੁਰ ਪ੍ਰਸਾਦ ਵਾਹਿਗੁਰੂ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਵਾਹਿਗੁਰੂ ਧੂਪ ਮਲ ਆਨ ਲੋ ਪਵਣ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਪੇਰੀ ਵਾਹਿਗੁਰੂ ਸਹਿਸ ਤਵ ਨੈਣ ਨਾਨਾ ਨੈਣ ਹੈ ਤੋਹੇ ਕੋ ਸਹਿਸ ਮੂਰਤ ਨਨਾ ਏਕ ਤੋਹੀ ਵਾਹਿਗੁਰੂ ਸਹਿਸ ਪਦ ਵਿਮਲ ਨਾਨਾ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਏਵ ਚਲਤ ਮੋਹੀ ਵਾਹਿਗੁਰੂ ਸਭ ਮੈਂ ਜੋਤ ਜੋਤ ਹੈ ਸੋਏ ਤਿਸਕੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਵਾਹਿਗੁਰੂ ਜੋ ਤਿਸ ਪਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰਗ ਕੋ ਹੋਏ ਜਾਤੇ ਤੇਰੇ ਨਾਮ ਵਾਸਾ ਵਾਹਿਗੁਰੂ ਨਾਮ ਤੇਰੋ ਆਰਤੀ ਮਜਨ ਮੁਰਾਰੇ ਹਾਕੇ ਨਾਮ ਬਿਨਾ ਝੂਠੇ ਸਗਲ ਪਸਾਰੇ ਵਾਹਿਗੁਰੂ ਨਾਮ ਤੇਰੋ ਆਸਨੋ ਨਾਮ ਤੇਰੋ ਉਰਸਾ ਨਾਮ ਤੇਰਾ ਕੇਸਰੋ ਲੇ ਛਿਟਕਾਰੇ ਵਾਹਿਗੁਰੂ ਨਾਮ ਤੇਰਾ ਅੰਬਲਾ ਨਾਮ ਤੇਰੋ ਚੰਦਨੋ ਕਸ ਜਪੇ ਨਾਮ ਲੇ ਤੁਜੈ ਕੋ ਚਾਰੇ ਵਾਹਿਗੁਰੂ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਲੇ ਮਾਹੇ ਪਸਾਰੇ ਵਾਹਿਗੁਰੂ ਨਾਮ ਤੇਰੇ ਕੀ ਜੋਤ ਲਗਾਈ ਹੈ ਓ ਉਜਿਆਰੋ ਪਵਨ ਸਗਲਾਰੇ ਨਾਮ ਤੇਰੋ ਤਾਗਾ ਨਾਮ ਫੂਲ ਮਾਲਾ ਪਾਰ ਅਠਾਰੇ ਸਗਲ ਜੁਠਾਰੇ ਤੇਰੋ ਕੀਆ ਤੁਝੇ ਕੀਆ ਅਰਪੋ ਨਾਮ ਤੇਰਾ ਤੂਹੀ ਚਵਰ ਡੋਲਾਰੇ ਦਸ ਅੱਠਾ ਅੱਠ ਸਠੇ ਚਾਰੇ ਖਾਣੀ ਇਹ ਵਰਤਣ ਹੈ ਸਗਲ ਸੰਸਾਰੇ ਕਹਿ ਰਵਿਦਾਸ ਨਾਮ ਤੇਰੋ ਆਰਤੀ ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਧੂਪ ਦੀਪ ਕ੍ਰਿਤ
ਇਹ ਉਹ ਪਵਿੱਤਰ ਅਸਥਾਨ ਹੈ ਜਿੱਥੇ ਮੁਸਲਮਾਨ ਭਾਈਚਾਰੇ ਵੱਲੋਂ ਬਾਬਾ ਨਾਨਕ ਜੀ ਦੀ ਚਾਦਰ ਅਤੇ ਪਾਵਨ ਫੁੱਲਾਂ ਨੂੰ ਦਫ਼ਨ ਕੀਤਾ ਗਿਆ ਸੀ। ਇਹ ਖੂਹ ਜੋ ਤੁਸੀਂ ਦੇਖ ਰਹੇ ਹੋ ਇਹ ਉਹ ਇਤਿਹਾਸਿਕ ਖੂਹ ਹੈ ਜਿਸ ਦੇ ਪਾਣੀ ਦਾ ਇਸਤੇਮਾਲ ਬਾਬਾ ਜੀ ਆਪਣੇ ਖੇਤਾਂ ਨੂੰ ਸਿੰਜਣ ਲਈ ਕਰਿਆ ਕਰਦੇ ਸਨ। ਅੱਜ ਵੀ ਇਸ ਖੂਹ ਦਾ ਜਲ ਬਹੁਤ ਹੀ ਮਿੱਠਾ ਅਤੇ ਸਾਫ਼ ਹੈ। ਜਿਸ ਨੂੰ ਵੀ ਇਸ ਅਸਥਾਨ 'ਤੇ ਆਉਣ ਦਾ ਮੌਕਾ ਮਿਲੇ ਉਹ ਇਸ ਖੂਹ ਵਿੱਚੋਂ ਪਵਿੱਤਰ ਜਲ ਦਾ ਸੇਵਨ ਜ਼ਰੂਰ ਕਰੇ। ਜੋ ਤੁਸੀਂ ਸਾਹਮਣੇ ਸ਼ੀਸ਼ੇ ਵਿੱਚ ਮੜਿਆ ਬੰਬ ਦੇਖ ਰਹੇ ਹੋ ਇਹ ਇਤਿਹਾਸ ਦੇ ਉਸ ਕਾਲੇ ਦਿਨ ਦੀ ਯਾਦ ਕਰਵਾਉਂਦਾ ਹੈ ਜਦੋਂ 1971 ਦੀ ਜੰਗ ਦੌਰਾਨ ਭਾਰਤੀ ਹਵਾਈ ਸੈਨਾ ਵੱਲੋਂ ਇਸ ਗੋਲੇ ਨੂੰ ਦਾਗਿਆ ਗਿਆ, ਪਰ ਬਾਬਾ ਨਾਨਕ ਜੀ ਦੀ ਮਿਹਰ ਸਦਕਾ ਇਹ ਫਟ ਨਹੀਂ ਸਕਿਆ ਅਤੇ ਇੱਕ ਵੱਡੀ ਮੰਦਭਾਗੀ ਘਟਨਾ ਵਾਪਰਨ ਤੋਂ ਬਚਾਅ ਹੋ ਗਿਆ। ਗੁਰਦੁਆਰਾ ਸਾਹਿਬ ਦੀ ਖੂਬਸੂਰਤ ਇਮਾਰਤ ਜੋ ਤੁਸੀਂ ਦੇਖ ਰਹੇ ਹੋ ਇਹ 42 ਏਕੜ ਵਿੱਚ ਤਿਆਰ ਕੀਤੀ ਗਈ ਹੈ ਅਤੇ ਇਸ ਨੂੰ ਸਿਰਫ 9 ਮਹੀਨਿਆਂ ਵਿੱਚ ਹੀ ਤਿਆਰ ਕੀਤਾ ਗਿਆ ਹੈ। ਅੱਜ ਸਵੇਰ ਦੇ ਅਸੀਂ ਬਿਨਾਂ ਖਾਧੇ ਪੀਤੇ ਘਰੋਂ ਨਿਕਲੇ ਹੋਏ ਹਾਂ ਅਤੇ ਸਾਡੇ ਮਨਾਂ ਵਿੱਚ ਇੱਛਾ ਸੀ ਕਿ ਗੁਰਦੁਆਰਾ ਸਾਹਿਬ ਜਾ ਕੇ ਬਾਬੇ ਨਾਨਕ ਦਾ ਹੀ ਲੰਗਰ ਛਕਾਂਗੇ ਅਤੇ ਹੁਣ ਟਾਈਮ ਵੀ ਕਾਫੀ ਹੋ ਚੁੱਕਾ ਹੈ ਅਤੇ ਸਾਨੂੰ ਭੁੱਖ ਵੀ ਬਹੁਤ ਲੱਗ ਰਹੀ ਹੈ। ਆਓ ਚੱਲਦੇ ਹਾਂ ਲੰਗਰ ਹਾਲ ਵਿੱਚ। ਲੰਗਰ ਹਾਲ ਦੀ ਇਮਾਰਤ ਬਹੁਤ ਹੀ ਖੂਬਸੂਰਤ ਅਤੇ ਸਾਫ਼ ਸੁਥਰੀ ਲੱਗ ਰਹੀ ਹੈ। ਵਾਹਿਗੁਰੂ ਗਗਨ ਮੈਂ ਥਾਲ ਰਵ ਚੰਦ ਦੀਪਕ। ਲੰਗਰ ਹਾਲ ਵਿੱਚ ਸਾਡੇ ਮੁਸਲਮਾਨ ਭਾਈ ਵੀਰ ਬਹੁਤ ਹੀ ਸ਼ਰਧਾ ਨਾਲ ਸੰਗਤ ਨੂੰ ਪ੍ਰਸ਼ਾਦਾ ਛਕਾ ਰਹੇ ਹਨ। ਪਵਣ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਪੇਰੀ ਵਾਹਿਗੁਰੂ ਸਹਿਸ ਤਵ ਨੈਣ ਨਾਨਾ ਨੈਣ ਹੈ ਤੋ।
ਲੰਗਰ ਛਕਣ ਤੋਂ ਬਾਅਦ ਅਸੀਂ ਜਾ ਰਹੇ ਹਾਂ ਬਾਜ਼ਾਰ ਵੱਲ, ਪਰ ਇੱਥੇ ਸਾਡੇ ਇੱਕ ਸਾਥੀ ਦੇ ਪੈਰ ਵਿੱਚ ਸਰੀਆ ਵੱਜਣ ਕਾਰਨ ਸਾਨੂੰ ਮੈਡੀਕਲ ਸੈਂਟਰ ਜਾਣਾ ਪੈ ਰਿਹਾ ਹੈ। ਇਹ ਮੈਡੀਕਲ ਸੈਂਟਰ ਪਾਕਿਸਤਾਨ ਸਰਕਾਰ ਵੱਲੋਂ ਸ਼ਰਧਾਲੂਆਂ ਲਈ ਫ੍ਰੀ ਸੇਵਾ ਦੇ ਤੌਰ 'ਤੇ ਸ਼ੁਰੂ ਕੀਤਾ ਗਿਆ ਹੈ। ਇਹ ਹਨ ਡਾਕਟਰ ਉਮੇਰ ਗਿੱਲ ਜੋ ਕਿ ਸਾਡੇ ਸਾਥੀ ਦਾ ਇਲਾਜ ਕਰ ਰਹੇ ਹਨ। ਇਹ ਬਹੁਤ ਹੀ ਮਿਲਨਸਾਰ ਅਤੇ ਖੁਸ਼ ਮਿਜਾਜ ਇਨਸਾਨ ਹਨ ਜਿਨ੍ਹਾਂ ਨੇ ਸਾਡੇ ਨਾਲ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਅਤੇ ਚਾਹ ਪੀਤੀ। ਜੋਤ ਸੁਭਾਵੇ ਸੋ ਆਰਤੀ ਹੋਏ, ਹਰ ਚਰਨ ਕਮਲ ਮਕਰੰਦ ਲੋਭੇ। ਚਾਹ ਪੀਣ ਤੋਂ ਬਾਅਦ ਅਸੀਂ ਆਏ ਹਾਂ ਭਾਈ ਅਜੀਤਾ ਜੀ ਬਾਜ਼ਾਰ ਵਿੱਚ। ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਮ ਵਾਸਾ। ਵਾਹਿਗੁਰੂ ਨਾਮ ਤੇਰੋ ਆਰਤੀ ਮਜਨ। ਬਾਜ਼ਾਰ ਵਿੱਚ ਕੱਪੜੇ, ਗਹਿਣੇ ਅਤੇ ਖੁੱਸੇ, ਪੰਜਾਬੀ ਜੁੱਤੀਆਂ ਅਤੇ ਹੋਰ ਬਹੁਤ ਸਾਰੀਆਂ ਹੱਥ ਨਾਲ ਬਣੀਆਂ ਹੋਈਆਂ ਚੀਜ਼ਾਂ ਦਿਖ ਰਹੀਆਂ ਹਨ। ਇਸ ਬਾਜ਼ਾਰ ਵਿੱਚ ਪਾਕਿਸਤਾਨੀ ਡਾਕ ਦਾ ਬੂਥ ਲੱਗਾ ਹੋਇਆ ਹੈ। ਇੱਥੇ ਸਾਨੂੰ ਇਹ ਭਾਈ ਸਾਹਿਬ ਮੁਜੈਦ ਸ਼ਾਹ ਮਿਲੇ ਜਿਨ੍ਹਾਂ ਦੇ ਪੁਰਖਿਆਂ ਦੀ ਆਰਾਮਗਾਹ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਗਾਲੜੀ ਦੇ ਨੇੜੇ ਸ਼ਾਹਪੁਰ ਪਿੰਡ ਵਿੱਚ ਸੀ। ਸਾਡੇ ਸਾਥੀ ਸਰਾਜ ਵੀ ਉਸੇ ਪਿੰਡ ਦੇ ਹਨ ਅਤੇ ਸ਼ਾਹ ਜੀ ਇਹਨਾਂ ਨੂੰ ਮਿਲ ਕੇ ਬਹੁਤ ਭਾਵੁਕ ਹੋ ਗਏ। ਮੇਰੇ ਬਜ਼ੁਰਗਾਂ ਦੀ ਧਰਤੀ ਤੋਂ ਤੁਸੀਂ ਆਏ ਜੇ, ਮੇਰੇ ਜਾਨ ਵੀ ਦਿਲ ਵੀ ਸਾਰਾ ਕੁਛ ਤੁਹਾਡੇ ਵਾਸਤੇ ਖੁੱਲ੍ਹਾ, ਬਾਹਾਂ ਵੀ ਖੁੱਲੀਆਂ। ਸਮੈਲਪੁਰ ਪਿੰਡ ਆ ਵੀਰ, ਠੀਕ ਹੈ ਨਾ? ਠੀਕ ਹੈ ਜੀ। ਸਮੈਲਪੁਰ ਮੇਰਾ ਪਿੰਡ ਆ ਮੇਰੇ ਬਜ਼ੁਰਗਾਂ ਦਾ, ਸ਼ਾਹਪੁਰ ਉਹਨਾਂ ਦੀ ਜਿਹੜੀ ਆਖਰੀ ਆਰਾਮਗਾਹ ਮੇਰੇ ਬਜ਼ੁਰਗਾਂ ਦੀ, ਅਤੇ ਮੇਰਾ ਬਜ਼ੁਰਗ ਬਾਕੀ ਜਿਹੜੇ ਇੱਧਰ ਆ ਗਏ ਸੀ ਉਹ ਤਰਸਦੇ ਹੀ ਦੁਨੀਆਂ ਤੁਰ ਗਿਆ ਸ਼ਾਹਪੁਰ ਵੇਖਣ ਨੂੰ। ਅਤੇ ਤੁਸੀਂ ਆਏ, ਦਿਲ ਖੁਸ਼ ਹੋਇਆ, ਵਧੀਆ ਲੱਗਿਆ। ਅਤੇ ਉਹ ਸਾਰੀ 70 ਸਾਲਾਂ ਦੀਆਂ ਤਕਲੀਫਾਂ ਜਿਹੜੀਆਂ ਸਾਡੇ ਬਜ਼ੁਰਗਾਂ 'ਚ ਚੱਲੀਆਂ ਨੇ ਉਹ ਅੱਜ ਬੜੀਆਂ ਖੁਸ਼ ਹੋਈਆਂ, ਸਾਨੂੰ ਬੜੀ ਖੁਸ਼ੀ ਹੋਈ ਤੁਹਾਡੇ ਆਉਣ। ਬਹੁਤ ਮਿਹਰਬਾਨੀ ਜੀ, ਤੁਸੀਂ ਸਾਹਿਬ ਜੀ ਦੱਸੋ ਮਾੜਾ ਜਿਹਾ ਆਪਣਾ, ਤੁਸੀਂ ਵੀ ਇਹਨਾਂ ਨੂੰ। ਮੇਰਾ ਪਿੰਡ ਨਿਯਮਤਾ, ਸਮੈਲਪੁਰ ਦੇ ਨਾਲ ਦਾ ਪਿੰਡ ਮੇਰਾ, ਗੁਰਦਾਸਪੁਰ ਪੰਜਾਬ, ਇੰਡੀਆ, ਪੰਜਾਬ। ਹਾਂਜੀ, ਤੇ ਗੁਰਦਾਸਪੁਰ ਤੋਂ ਪੈਂਦਾ 12-13 ਕਿਲੋਮੀਟਰ ਦੀ ਦੂਰੀ ਤੇ ਆ। ਠੀਕ ਹੈ, ਠੀਕ ਹੈ। ਇਹ ਤਾਂ ਉਹ ਪਿੰਡ ਆ ਮੇਰੇ ਨਾਲ ਦੇ ਪਿੰਡ ਦਾ, ਸਰ ਇਹ ਮੈਂ ਸਾਥ ਕੇ ਵਾਲੇ ਗਾਉਂਗਾ। ਠੀਕ ਹੈ, ਬੜਾ ਇਮੋਸ਼ਨਲ ਹੋ ਗਿਆ ਮੈਨੂੰ ਮਿਲ ਕੇ। ਹੁਣ ਉਹ ਸਮਾਂ ਆ ਗਿਆ ਹੈ ਕਿ ਸਾਨੂੰ ਇਸ ਧਰਤੀ ਨੂੰ ਛੱਡ ਕੇ ਵਾਪਿਸ ਜਾਣਾ ਪੈ ਰਿਹਾ ਹੈ। ਇਸ ਧਰਤੀ ਤੇ ਆ ਕੇ ਸਾਨੂੰ ਇੰਜ ਮਹਿਸੂਸ ਹੋਇਆ ਕਿ ਜਿਵੇਂ ਸੱਚਮੁੱਚ ਸਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋਏ। ਇੱਥੋਂ ਦੇ ਲੋਕਾਂ ਨੇ ਸਾਨੂੰ ਬਹੁਤ ਹੀ ਪਿਆਰ, ਮਾਣ ਅਤੇ ਸਤਿਕਾਰ ਦਿੱਤਾ। ਉਹਨਾਂ ਦਾ ਆਪਣਾਪਣ ਅਤੇ ਪਿਆਰ ਦੇਖ ਕੇ ਸਾਨੂੰ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਵਿੱਚ ਬਿਲਕੁਲ ਵੀ ਅੰਤਰ ਮਹਿਸੂਸ ਨਹੀਂ ਹੋਇਆ। ਸਾਡੀ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ। ਜੇਕਰ ਵੀਡੀਓ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਲਿਖ ਕੇ ਜ਼ਰੂਰ ਦੱਸੋ। ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ।